हाँ चालीस दे तो दे दे। चल ठीक खड़ी और है। हाँ ठीक है सही खड़ी है। ये हम 5 किलो देनी है डेली दा, सुबह सुबह शाम 5 किलो या एक टाइम दोहे टाइम दा 5 किलो दोहे टाइम दा 10 किलो सही। ਸਾਰੇ ਕੋਲ ਤਾਂ ਆ ਕੇ ਨੇ ਦਾ ਜਿਹੜਾ ਦਿੱਤਾ ਉਹਦੇ ਕੋਲ ਬਾਅਦ ਛੋਈ ਬਰਾ ਇਲਾਜ ਨਾ ਕੀ ਕਰਾ ਬਾਕੀ ਹੁਣ ਇਹ ਯਾਨੀ ਪ੍ਰੈਗਨੈਂਟ થઈ ਖੜੀ ਹੈ ਕਿ ਘਟਾਈ ਖੜੀ ਹੈ ਹਾਂ ਹੁਣ ਤਾਂ ਵੀ ਕੁੱਟਣਾ ਹੀ ਨਾ ਡੇਢ ਮਹੀਨਾ ਠੀਕ ਰਹੀ ਤੋਂ 10 ਮਹੀਨੇ ਬਾਅਦ ਉਹ ਮੈਂ ਜਾਨ ਘਟ ਕਰਨਾ ਸ਼ੁਰੂ ਕਰ ਅੱਛਾ ਇਹ ਤਾਂ ਹੁਣ ਜਿਹੜਾ ਹੈ ਨਾ ਇਹ ਦੂਜੇ ਮਹੀਨੇ ਵੜ ਗਈ ਇਹ ਦੂਜੇ ਮਹੀਨੇ ਠੀਕ ਹੋ ਗਿਆ ਸਹੀ ਤੇ ਵਾਲ ਜਿਹੜਾ ਹੈ ਤਾਂ ਜਿਵੇਂ ਜਿਵੇਂ ਰੱਬ ਨੇੜੇ ਆਉਂਦਾ ਵੇ ਅਸੀਂ ਖੀਰ ਪੀਂ ਦੀ ਵੇ कितने महीने का इन्हें टाइम पीरियड होने ये 9 महीने बाद 9 महीने हाँ 9 महीने बाद माँ 10 महीने बाद बकरी 5 महीने बाद भेड़ 6 महीने बाद नौ दस पाँच छः तो वजह करते हो तो सब 42 लगे थे और 48 है प्याली तो सनी में था ओ चिकार धुआं दे तो जुरा जुरा करे साफ लगता है गंदा तो એમાં થોડા નિકા કટ્ટા પ્યા ખડે થયા 6 મહિને બાદ પ્યા થઈ સી અચ્છા કટ્ટા અચ્છા કટ્ટા માં કે સમજ આ ગઈ હે ના માં માં દા જનાવર જેડા કટ્ટા ભાઈ અચ્છા માં જે દકા ના કટ્ટા કટી તે ઉંદા બચ્ચા બચ્ચી ઉંદા બચ્ચા બચ્ચી ઓ બચ્ચા કે ઓને સે કટ્ટા ગયા ઓને ચલો ચલો આસ્તે આસ્તે આવે સે ચલો એ બચ્ચા બચ્ચી થી કે એ બચ્ચા થી ગયા ઓ બચ્ચી થી તે ઓ ભી બચ્ચી થી ગઈ ઓ ओ सारी बच्ची ठीक है सेहतमंद रही है ये जरा हुन सारा गा जरा घट ठीक है ना जरा कमजोर थी खड़ी है इन वालों के बंद बस करे सो ये ठीक थी ऐसे अच्छा दी थी ऐसे वान जाई आशा कोई ना बंद बस ये गबन थी वैसे ना से हाजी तो छोटी नहीं ना 2.5 साल ठीक है नहीं भाई कद तो यो को जे पिया गबन खीर नहीं पीता ना निकला जानड़ा खीर ठीक पीगी ना ओ खा सही ये हुन खीर पीता है इन्होंने जी ਇਨਾਂ ਨੇ ਦੁਹਾਨ ਖੀਰ ਪੀਤਾ ਹੋਏ 5 ਮਹੀਨੇ ਨਾਲ ਗਾਂ ਪੀਤੀ ਹੈ ਪੂਰੀ ਠੀਕ ਹੈ ਇਹ ਹੁਣ ਅੱਜ ਨਜ਼ਰ ਆਂ ਦੇਖ ਲੋ ਤੇ ਵੀ ਨਾ ਉਹ ਨਾ ਕਾਦੇ ਬਤਾਇਆ ਤਾਂ ਉਹਨੇ ਕੋਲ ਨਹੀਂ ਮਿਲਦੇ ਤੇ ਜੇ ਮਹੀਨਾ ਡੂ ਛੋਟੇ ਹੋਵੇ ਤਾਂ 3-4 ਲੈਣੇ ਰਹੂੰ ਨਾ ਹੋਣੇ ਤੇ ਜਿਹੜੀ ਤਿਆਰ ਟੈਨਸ਼ਨ ਹੋਣੀ ਅੱਛਾ ਖੁਰਾਕ ਹੈ ਸਾਰਾ ਕੰਮ ਕਰੇਗੀ ਜਿੰਨਾ ਪੇਟ ਹੋ ਉਤਨੀ ਜਲਦੀ ਜਾਣਾ ਬੰਦਾ ਹੈ ਤੇ ਭਾਵੇਂ ਜਾਣ ਹੁਣ ਰੈਡੀ ਟੂ ਬਰੀਡ ਹੈ ਭਾਈ ਰੈਡੀ ਟੂ ਬਰੀਡ ਤੇ ਉਹ ਕੱਢਣ ਤੋੜੀ ਆਂਦੇ ਤੂੰ 100 ਕਦੇ 100 ਕੋ ਬੀਜ ਨਾ ਹੁਣ ਮਿਸਾਲ ਤੋੜ ਦਿਆ ਕਰੀ ਸੂ ਆਸ਼ਾ ਠੀਕ ਕਰ ਦੇ ਨੇ ਚਾਰਾ ਚਾਰਾ ਵਧਾ ਰਹੇ ਨੇ ਛਾਣ ਚੋਕਰ ਦਾਲਾ ਛਾਲਾ ਤੋਂ ਵੀ ਲਾਵਾ ਤੇਲ ਦਾ ਬੰਦੋਬਸਤ ਕਰ ਰਹੇ ਨੇ ਮਤਲਬ ਭੁੱਖ ਨਹੀਂ ਦੇਂਦੇ ਜੀ ਤੂੰ ਸਹੀ ਰਜੇ ਨੇ ਜਿਹੜੀ ਕਰ ਸਹੀ ਮੇਰੀ ਦੀ ਉਮਰ ਹੈ ਪੂਰੀ ਹੈ ਅੱਛਾ ਉਮਰ ਮੈਚੋ ਥੀ ਚੁਕੀ ਹੈ 16 ਸਾਲ ਦੀ ਛੇ ਤਿਆਰ ਹੋਣੀ ਹੈ ਅੱਛਾ ਸਮਝੋ ਇਹ ਤਿਆਰ ਹੈ ਤੇ ਤਿਆਰ ਹੈ ਪਿਆਣ ਉਹਨਾਂ ਦਾ ਰੈਡੀ ਟੂ ਬਰੀਡ ਹੈ ਵਜਾ ਹੀ ਲਈ ਕਿ ਹੈ ਕਮਜ਼ੋਰ ਭੁੱਖ ਹੈ ਹਾਂ ਹਾਂ ਇਹ ਭੁੱਖ ਖਤਮ ਦੀ ਹੋਣੇ ਰੈਰੀ ਗੱਲ ਹੈ ਨਾ ਸੈਕਸ ਉਹਦੇ ਚੌਥੇ ਨੰਬਰ ਤੇ ਮਾਰ ਰਹੇ ਹੈ ਦਵਾ ਪਾਣੀ ਖਰਾਕ ਤਵਲ ਵਲ ਵਲ ਸੌਦਾ ਹੈ ਨਾ ਅੱਛਾ ਕਿਹੜਾ ਸੌਦਾ ਤੇ ਪੂਰਾ ਖਲ ਕੇ ਮੋਰ ਹੁਣ ਪਾਣੀ ਤੇ ਖੁਰਾਕ ਉਹਨੀ ਪੂਰੀ ਤੀਸੀ ਦਾ ਵਲ ਹੀ ਵਗਾ ਚਲਦੀ ਨਾ ਵਲ ਹੀ ਕੇ ਬੇ ਬਾਦ ਤੇ ਚੇਤੀ ਤੇ ਉਹ ਹੈ ਪਿਆ ਅਗਰ ਇਹ ਕੋਣ ਤੁਸੀਂ ਸਪੋਜ਼ ਇਨ ਟਾਈਮ ਸੇਲ ਕਰਨੇ ਹੋ ਹੀ ਕੋ ਇਹ ਕਿੰਨੇ ਵਿੱਚ ਸੇਲ ਥੀ ਸੀ ਨੁਕਸਾਨ ਹੈ ਯਾਰ ਥੀ ਸੀ ਕਿੰਨੇ ਉਹ 10 ਤਾਂ ਸਹੀ ਉਮਰ ਜਾਂ ਕੋਈ ਆਈਡੀਆ 40-50 ਹਜ਼ਾਰ ਮਾਰ ਕੇ ਤੇ ਤੁਸੀਂ ਸਹੀ ਕੋ ਕਿਤਨੇ ਯਾਨੀ ਕਿ ਚਾਹੁੰਦੇ ਹੋ ਯਾਨੀ ਉਹ ਰੇਟ ਚਾਵੇ ਤੇ ਵਾਲਾ ਸਹੀ ਕੋ ਸੇਲ ਕਰੇ ਸੋ ਅਸੀਂ ਨਹੀਂ ਚਾਹੁੰਦੇ ਅਸਾਂ ਚਾਹੁੰਦੇ ਹਾਂ ਕਿ ਵੀ ਉਮਰ ਇਹ ਨਹੀਂ ਤਿਆਰ ਅਸਾਂ ਇਹ ਕੋ ਇਹਦੀ ਖੁਰਾਕ ਅੱਛੀ ਰੱਖੂ ਹਾਂ ਸਹੀ ਕਰੂ ਇਹਦਾ ਬੰਦੋਬਸਤ ਹਾਂ ਤੇ ਜਿਹੜੇ ਸਾਰੇ ਵਿਆਹ ਪੋਵੇ ਵਾਲ ਅਸਾਂ ਅਗਰ ਵੇਚਣਾ ਚਾਹੁੰਦਾ ਵਾਲ ਵੇਚੋ ਤੇ ਵਿਆਹੀ ਹੋ ਜੜੀ ਹੈ ਦੂਰ 2 ਲੱਖ ਦੀ ਆਰਾਮ ਨਾਲ ਵੇਖੀ ਅਸੀਂ ਵਿਆਹ ਯਾਨੀ ਕਿ ਆਫਟਰ ਡਿਲੀਵਰੀ ਹੈ ਕਾ ਜਬ ਬੱਚਾ ਦਾ ਨਾਲ ਹਾਂ ਇਹ ਇਹ ਮੁਰਾਦ ਹੈ ਕਿ ਖੀਰ ਦੇਣੀ ਹੈ ਹਾਂ ਲੈ ਜਨਾਬ ਜੀ ਜਿਹੜਾ ਪਹਿਲੇ ਦਾ ਵਿੱਚ ਵਧਿਆ ਸੀ ਅਸਲਾਮ ਅਸਲਾਮ